ਮੈਂ ਤਾਰਾਂ ਦੇ ਨਾਲ ਰਹਿੰਦਾ ਠੀਕ ਹੈ ਇਹ ਤਾਰ ਜਿਹੜੀ ਹੈ ਨਾ ਸਾਨੀ ਇੱਕ ਆਉਣੀ ਕਪੈਸਟਰ ਆ ਦੂਜੀ ਤਾਰ ਵੀ ਜਿਹੜੀ ਹੈ ਇਹ ਵੀ ਕਪੈਸਟਰ ਵਾਸਤੇ ਹੁਣ ਅੱਗੇ ਆ ਜਿਹੜੀਆਂ ਤੁਸੀਂ ਚਾਹੀਦੀਆਂ ਟੂ ਵਿੱਚ ਟੂ ਵਿੱਚ ਪੁਆਇੰਟ ਚਾਰ ਲੇਕਿਨ ਤੁਸੀਂ ਮੈਨ ਸਮਝਣਾ ਇੱਕ ਦੋ ਤਰੇ ਇਹ ਤਰੇ ਪੁਆਇੰਟ ਹੁਣ ਇਸ ਨਾਲ ਦੂਆ ਪੁਆਇੰਟ ਲੈਣੇ ਵਾਸਤੇ ਤੁਸੀਂ ਤਾਰ ਨਾਲ ਹੀ ਚਾਹੀਦੀ ਥੋੜ੍ਹੀ ਇਹਨਾਂ ਦੋਵਾਂ ਨਾਲ ਕਿਸੇ ਨਾਲ ਵੀ ਅਟੈਚ ਕਰ ਸਕਦੇ ਹਾਂ ਇਹ ਨਾ ਯੈਲੋ ਔਰ ਜਿਹੜੀ ਔਰੇਂਜ ਕਿਉਂਕਿ ਇੱਕ ਚੱਕਰ ਉਲਟਾ ਕਰਨ ਵਾਸਤੇ ਹੁੰਦਾ ਹੁਣ ਟੂ ਵੇ ਵਿੱਚ ਇੱਕ ਤਾਰ ਰਹਿਣੀ ਹੈ ਉਹ ਤੁਸੀਂ ਇਸ ਵਿੱਚ ਲੈਣੀ ਹੈ ਇਹ ਗ੍ਰੇ ਕਲਰ ਵਾਲੀ ਤਾਰ ਜਿਹੜੀ ਟੂ ਵੇ ਦੀ ਮੇਨ ਤਾਰ ਹੋਣੀ ਹੈ ਇੰਨੇ ਵਿੱਚ ਤੁਸੀਂ ਇਹ ਵੀ ਤਾਰ ਲੈ ਸਕਦੇ ਹੋ ਮਸਲਾ ਕੋਈ ਨਹੀਂ ਲੇਕਿਨ ਜ਼ਿਆਦਾਤਰ ਇਹ ਯੂਜ਼ ਹੋਣੀ ਹੈ ਠੀਕ ਹੈ ਇਹ ਹੋ ਜਾਣੀ ਹੈ ਮੈਨ ਜਿਹੜੀ ਬਣੂ ਤੁਸੀਂ ਫੇਸ ਆਫ ਸੀ ਇਹ ਬੈਲ ਦੀ ਆ ਗਈ ਸਪੈਸ਼ਲ ਕਪੈਸਿਟੀ ਕਾਰਡ ਕਟਿੰਗ ਰਨਿੰਗ ਨਹੀਂ ਹੋਈ ਠੀਕ ਹੈ ਕਪੈਸਿਟੀ ਨਾਲ ਅਟੈਚ ਹੋ ਗਈ ਤੁਹਾਡਾ ਹੁਣ ਸਰਕਟ ਕੰਪਲੀਟ ਹੈ ਹੁਣ ਇੱਥੋਂ ਤੁਸੀਂ ਚਾਹੀਦੀ ਹੈ ਫੇਸ ਨਾਲ ਇੱਧਰ ਇਹ ਨਿਊਟਰਲ ਆ ਗਿਆ ਸੀ ਫੇਸ ਇੱਧਰ ਆ ਗਈ ਸੀ ਨਿਊਟਰਲ ਇੱਧਰ ਆ ਗਈ ਸੀ ਦੂਆ ਫੇਸ ਨਾਲ ਤੁਸੀਂ ਇੱਥੋਂ ਅਟੈਚ ਕਰਨਾ ਕਿਉਂਕਿ ਆਪਾਂ ਬੈਲ ਲੱਗੀ ਵਾਸਤੇ ਇੱਕ ਨਿਊਟਰਲ ਫੇਸ ਚਾਹੀਦਾ ਤਰੇ ਨਿਊਟਰ ਨਾਲ ਲਾਸ਼ ਨੇ ਬੁੰਨੂ ਵਾਲੀ ਤਰੇ ਘਟੀਆਂ ਹੋ ਜਾਂ ਇੱਕ ਪਿੱਛੇ ਜਿਹੜੀ ਆ ਸੀ ਬੋਰਡ ਚੋਂ ਇਹ ਤੁਸੀਂ ਜਿਹੜੀ ਇਹਨਾਂ ਤਾਰ ਇਹ ਬੋਰਡ ਨਹੀਂ ਹੈ ਆਹੋ ਆ ਰਹੀ ਹੈ ਨਿਊਟਰਲ ਫੇਸ ਤੋਂ ਫੇਸ ਡਾਇਰੈਕਟ ਟੈਂਪਰ ਚ ਟੁੱਟ ਗਿਆ ਜੀ ਨਿਊਟਰਲ ਇੱਥੇ ਮੋਟਰ ਚ ਆ ਗਈ ਹੈ ਨਾਲ ਬੈਲ ਕੀ ਵੀ ਮਿਲ ਗਈ ਹੈ ਸਹੀ ਇੱਥੋਂ ਇਹ ਬੈਲ ਵਾਲੀ ਟੈਂਪਰ ਚ ਨਿਕਲ ਆਈ ਹੈ ਸਹੀ ਇਹ ਟੈਂਪਰ ਨਹੀਂ ਆਈ ਹੈ ਮੈਂ ਨਹੀਂ ਨਹੀਂ ਇਹ ਬੈਲ ਵਾਲੀ ਹੈ ਬੈਲ ਨਹੀਂ ਮੈਨ ਆਈ ਬੈਲ ਨਹੀਂ ਮੈਨ ਹੈ ਫਿਰ ਇਹ ਆਉਣੀ ਹੈ ਮੈਨ ਤਾਰ ਤੁਹਾਡੀ ਜਿਹੜੀ ਸਿੱਧੀ ਡਾਇਰੈਕਟ ਬੋਰਡ ਚੋਂ ਆ ਰਹੀ ਬੋਰਡ ਚੋਂ ਇਹ ਆਉਣੀ ਹੈ ਟੂ ਵੇ ਦੀ ਟੂ ਵੇ ਕੀ ਮੈਨ ਫਿਰ ਆ ਜਾਣੀ ਹੈ ਔਰੇਂਜ ਇਹ ਡਾਇਰੈਕਟ ਕਪੈਸਟਰ ਚ ਟੁੱਟ ਜਾ ਸੀ ਤੇ ਨਾਲ ਮੋਟਰ ਦੇ ਨਾਲ ਤੁਸੀਂ ਸਟਾਰਟਿੰਗ ਵੀ ਟੁੱਟ ਜਾ ਸੀ ਫਿਰ ਇਹ ਯੈਲੋ ਆ ਜਾਣੀ ਹੈ ਇਹ ਵੀ ਜਿਹੜੀ ਹੈ ਨਾ ਤੁਸੀਂ ਡਾਇਰੈਕਟ ਕਪੈਸਟਰ ਚ ਵੀ ਜਾ ਸੀ ਤੇ ਨਾਲ ਹੀ ਫਿਰ ਟੂ ਵੇ ਵਿੱਚ ਵੀ ਆ ਜਾ ਸੀ ਟੂ ਵੇ ਚ ਵੀ ਪੁਆਇੰਟ ਜਾ ਚੱਲ ਗਿਆ ਔਰੇਂਜ ਜਿਹੜਾ ਨਾ ਇਹ ਡਾਇਰੈਕਟ ਹੈ ਟੂ ਟੈਂਪਰ ਚ ਟੂ ਵਿੱਚ ਲੱਗ ਗਿਆ ਸੀ ਠੀਕ ਹੋ ਗਿਆ ਮਤਲਬ ਟਾਈਮ ਚ ਇੱਕ ਤਾਰ ਸਿੱਧੀ ਟੂ ਵਿੱਚ ਤੇ ਇੱਕ ਕੈਪੈਸਟਰ ਨਾਲ ਟੂ ਵਿੱਚ ਸਰਕਟ ਚੇਂਜ ਕਰਨੀ ਵਸੀ ਹੈ ਜਿਹੜਾ ਇਥੋਂ ਤਾਰ ਹੋਣੀ ਹੈ ਨਾ ਇਹ ਪਤਰੀਆਂ ਅਟੈਚ ਹੋ ਸਨ ਕਿ ਜਿਹੜਾ ਇਸ ਕੀ ਕਰੰਟ ਇਸ ਸਾਈਡ ਤੋਂ ਮਿਲਣਾ ਸ਼ੁਰੂ ਹੋ ਗਿਆ ਸੀ ਜਿਹੜਾ ਹਰੀ ਦਰੂ ਹਾਂ ਚੇਂਜ ਕਰਨੀ ਹੈ ਇਸ ਸਾਈਡ ਤੋਂ ਇਸ ਕੀ ਮੈਨ ਤਾਰ ਮਿਲਣੀ ਸ਼ੁਰੂ ਹੋ ਗਈ ਸੀ
ਸਿਰਫ ਚੱਕਰ ਚੇਂਜ ਕਰਨੇ ਵਾਸਤੇ ਇੱਕ ਵਾਰੀ ਇਧਰੋਂ ਲੋਡ ਮਿਲ ਸੀ ਇੱਕ ਵਾਰੀ ਇਧਰੋਂ ਲੋਡ ਮਿਲ ਸੀ ਬਾਕੀ ਨਿਊਟਰਲ ਫੇਸ ਜਿਹੜੇ ਕਨੈਕਸ਼ਨ ਉਹ ਡਾਇਰੈਕਟ ਹੋ ਰਹੇ ਬਸ ਸਮਝ ਲੱਗ ਗਈ ਠੀਕ ਹੈ ਹੇਅਰ ਕੱਟ ਛੱਡੋ